ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵੱਡੀ ਖਬਰ ਲੈ ਕੇ ਇੱਕ ਵਾਰੀ ਫੇਰ ਮੈਂ ਤੁਹਾਡੀ ਹਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਤੁਹਾਨੂੰ ਪਤਾ ਪ੍ਰਵੇਸ਼ ਲਾਈ ਸਾਹਿਬ ਦੀ ਛੁੱਟੀ ਹੋ ਗਈ ਕਬੀਨਾ ਪੰਜਾਬ ਦੀ ਉਹਦੀ ਵੀ ਛੁੱਟੀ ਹੋ ਗਈ ਰੌਲੇ ਹੁਣ ਪੈਣਗੇ ਔਰ ਅਗਲੇ ਚੰਦ ਦਿਨਾਂ ਦੇ ਵਿੱਚ ਨਵਾਂ ਵਜ਼ੀਰਿਆਲਾ ਜਿਹੜਾ ਉਹ ਤੁਹਾਨੂੰ ਲੱਭ ਜਾਏਗਾ ਬੇ ਕਿੜਾ ਸੋਣਾ ਮਿੱਠਾ ਜਿਹੜਾ ਉਹ ਨਵਾਂ ਵਜ਼ੀਰਿਆਲਾ پرویز ਲਈ ਸਾਹਿਬ ਦਾ ਤੇ ਆਣ ਦਾ ਹੁਣ ਕੋਈ ਚਾਂਸ ਜਿਹੜਾ ਉਹ ਸਾਨੂੰ ਨਜ਼ਰ ਨਹੀਂ ਆਂਦਾ ਮੇਰੇ ਖਿਆਲ ਨਾਲ ਹੁਣ ਬਹੁਤ ਹੋ ਗਈ ਠੀਕ ਹੈ ਨਾ ਜੀ ਮਿੱਠੇ ਨੇ ਆਪਣੇ ਭਾਈ ਨੇ ਤੇ ਅਸੀਂ ਤੇ ਬੜਾ ਸਮਝਾਇਆ ਸੀ ਕਿ پرویز ਸਾਹਿਬ ਚੁੱਪ ਕਰਕੇ ਘਰ ਚਲੇ ਜਾਓ ਅਸਤੀਫਾ ਦੇ ਕੇ ਇੱਜ਼ਤ ਨਾਲ ਨਿਕਲ ਜਾਓ ਲੇਕਿਨ ਨਹੀਂ ਵੱਡੇ ਲੋਕ ਨੇ ਅਸੀਂ ਹੁਣ ਕੀ ਕਹਿ ਸਕਨੇ ਹੁਣ ਜਿਹੜੀ ਖਬਰ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਆੜੀਓ ਤੇ ਤੁਸੀਂ ਸੁਣ ਲਈਆਂ ਸਾਰੇ ਆ ਔਰ ਬੜੇ ਲੋਕ ਜਿਹੜੇ ਨੇ ਉਹ ਮੈਨੂੰ ਮੈਸੇਜ ਕਰ ਰਹੇ ਨੇ ਕਿ ਵੀਡੀਓ ਵੀ ਸੈਂਡ ਕਰ ਲਓ ਪਰ ਮੈਂ ਵੀਡੀਓ ਬਣਾਈ ਇਹ ਉਦੀ ਬਾਈ ਜੀ ਤੁਹਾਨੂੰ ਕਰ ਲਾ ਵੀਡੀਓ ਮਾਰਕੀਟ ਆਵੇਗੀ ਤੇ ਮੈਂ ਤੁਹਾਨੂੰ ਕਹ ਲੰਗਾ ਉਹਦੇ ਤੇ ਤੇ ਆ ਮੈਂ ਪ੍ਰੋਗਰਾਮ ਕਰਨ ਲੰਗਾ ਜਿਹੜੀ ਤੁਹਾਨੂੰ 100 ਪਈ ਐਡੀ ਵੀ ਵੀਡੀਓ ਵੀ ਸਾਨੂੰ ਕਰ ਲਓ ਕੀ ਕਰਨੀ ਵੇਖ ਕੇ ਕੀ ਜੱਸ ਲੈਣੀ ਸਵਾਦ ਲੈਣਾ ਮਜ਼ਾ ਲੈਣਾ ਮਜ਼ੇ ਲੈਂਦੇ ਤੁਸੀਂ ਅੱਛਾ ਜੀ ਖਬਰ ਜਿਹੜੀ ਲੈ ਕੇ ਆ ਕਿ ਰੰਗੀਲੇ ਦੀ ਵੀਡੀਓ ਜਿਹੜੀ ਹੈ ਨਾ ਉਹ ਮਾਰਕੀਟ ਦੇ ਵਿੱਚ ਆ ਗਈ ਹੈ ਵੱਡੀ ਖਬਰ ਦੇ ਰਿਹਾ ਹਾਂ ਰੰਗੇਲੇ ਦੀ ਵੀਡੀਓ ਮਾਰਕੀਟ ਦੇ ਵਿੱਚ ਆ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਉਸ ਵੀਡੀਓ ਦੇ ਜਿਹੜੇ ਖਾਕੇ ਨੇ ਨਾ ਉਹ ਕਈ ਲੋਕ ਜਿਹੜੇ ਨੇ ਨਾ ਉਹ ਤੁਮਾਰ ਹੈ ਆਡੀਓ ਤੁਸੀਂ ਸੁਣ ਲਈਆਂ ਆਇਲਾ ਮਲਕ ਮਤਲਬ ਤੁਸੀਂ ਅੰਦਾਜ਼ਾ ਲਾਓ ਨਾ ਬੈਯੁਥੀਆਂ ਨੂੰ ਸਬਜ਼ ਬਾਗ ਤੇ ਆਪਣੇ ਆਸਤੇ ਕਾਲਾ ਬਾਗ ਤੇ ਕਾਲਾ ਬਾਗ ਦੇ ਵਿੱਚ ਆਇਲਾ ਮਲਕ ਉੱਥੇ ਫਿਰ ਸਾਰੇ ਖਡਾਉਣੇ ਸਾਰੇ ਛੰਟੇ ਛੁੰਟੇ ਖਡਾਉਣੇ ਡੁੱਲੂ ਪਲਾਸਟਿਕ ਦੇ ਲੋਹੇ ਦੇ ਰਬੜ ਤੇ ਚਾਂਦੀ ਦੇ ਸੋਨੇ ਦੇ ਆਥੀ ਤਸਵੀਰ ਦੋ ਦੋ ਮਾਈਆਂ ਤੇ ਯੁੱਥੀਆਂ ਨੂੰ ਕੀ ਸਬਜ਼ ਬਾਗ ਤੇ ਆਪ ਜਿਹੜਾ ਉਹ ਪੂਰੇ ਦਾ ਪੂਰਾ ਆਪਣਾ ਚਸਪਿਆ ਕਰਵਾਂਦਾ ਠੀਕ ਨਾ ਜੀ ਨਾਲ ਅੱ디 ਜਿਹੜੀ ਇੱਕ ਹੋਰ ਖਬਰ ਹੈ ਕਿ ਸ਼ਬਾਜ਼ ਗਿਲ ਦੇ ਵਾਰੰਟ ਗ੍ਰਿਫਤਾਰੀ ਜਿਹੜੇ ਨੇ ਉਹ جاری ਹੋ ਗਏ ਨੇ ਸ਼ਬਾਜ਼ ਗਿਲ ਪਿਛਲੇ ਤਕਰੀਬਨ 10 12 ਦਿਨ ਤੋਂ ਗਾਇਬ ਹੈ ਮੈਂ ਬੜੀ ਦੇਰ ਦਾ ਉਹਨੂੰ ਕਿਹਾ ਸੀ ਕਿ ਸ਼ਬਾਜ਼ ਗਿਲ ਇਸ ਨਿਆਜ਼ੀ ਦੇ ਪਿੱਛੇ ਜ਼ਲੀਲ ਨਾ ਹੋ ਟਿਕਟ ਕਰਾ ਅਮਰੀਕਾ ਚਲਾ ਜਾ ਤੇਰੀ ਔਰਤ ਉੱਥੇ ਤੇਰਾ ਇੰਤਜ਼ਾਰ ਵੀ ਕਰਦੀ ਏ ਤੇਰੇ ਬੱਚੇ ਇੰਤਜ਼ਾਰ ਪਾ ਕਰਦੇ ਨੇ ਤੂੰ ਇੱਥੇ ਘਰ ਬਣਾ ਲਿਆ ਕਿ ਸਲਾਮਾਬਾਦ ਵਿੱਚ ਖੋ ਖਾ ਕੇ 5-7 ਕਰੋੜ ਦਾ 10 ਕਰੋੜ ਦਾ ਉਹਨੂੰ ਵੇਚ ਪੈਸੇ ਲੈ ਔਰ ਨਿਕਲ ਜਾ ਇੰਨਾ ਹੀ ਹੁੰਦਾ ਹੈ 10 12 ਕਰੋੜ ਅਗਰ ਤੂੰ ਕਮਾ ਲਿਆ 2 2.5 ਸਾਲ ਤੇ ਔਰ ਕੀ ਤੂੰ ਲੈਣਾ ਉੱਥੇ ਜਾ ਕੇ ਜਿਹੜਾ ਫਲੈਟ ਤੇੜਾ ਸੋਸ਼ਲ ਵੈਲਫੇਅਰ ਦਾ ਜਿਹੜਾ ਤੋਂ ਅਮਰੀਕੀ ਹਕੂਮਤ ਨੇ ਦਿਨ ਦਿੱਤਾ ਕਿ ਤੇਰੇ ਗੁਰਦੇ ਫੇਲ ਨੇ ਉੱਥੇ ਜਾ ਕੇ ਨਾ ਮਕਾਨ ਆਪਣੇ ਬੱਚਿਆਂ ਨੂੰ ਲੈ ਜਾ ਇਹਨਾਂ ਪੈਸੇ ਨਾਲ ਲੇਕਿਨ ਨਹੀਂ ਜ਼ਿਆਦਾ ਤੋਂ ਜ਼ਿਆਦਾ ਬਣਾਣਾ ਪੈਸਾ ਬਣਾਣਾ ਹੈ ਨਾ ਜੀ ਲੇਕਿਨ ਉਹਦੇ ਹੁਣ ਫਿਰ ਵਾਰੰਟ ਗ੍ਰਫਤਾਰੀ ਜਿਹੜੇ ਨੇ ਉਹ ਨਿਕਲੇ ਨੇ ਤੇ ਅਸੀਂ ਉਹ ਨਾ ਜਾਣੇ ਆ ਵੀਡੀਓ ਤੇ ਇਕਦਮ ਰੌਲਾ ਪੈ ਜਾਂਦਾ ਸੋਸ਼ਲ ਮੀਡੀਆ ਤੇ ਕਿ ਰੰਗੀਲਾ ਜੀ ਦੀ ਵੀਡੀਓ ਇੱਕ ਜਿਹੜੀ ਉਹ ਮਾਰਕੀਟ ਦੇ ਵਿੱਚ ਆ ਗਈ। ਅਸੀਂ ਬੜਾ ਫੋਲਿਆ ਬੜੇ-ਬੜੇ ਲੋਕਾਂ ਨੂੰ ਫੋਨ ਕੀਤੇ ਮੈਸੇਜ ਕੀਤੇ ਔਰ ਉਹਨਾਂ ਲੋਕਾਂ ਨੂੰ ਕੀਤੇ ਮੈਸੇਜ ਮੂਸ ਜਿਹੜੇ ਜ਼ਿਆਦਾ ਬਾਖਬਰ ਹੁੰਦੇ ਨੇ। ਭਾਈ ਜਿਨ੍ਹਾਂ ਕੋਲ ਸਭ ਤੋਂ ਪਹਿਲੇ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਨਾ ਉਹ ਆ ਕੇ ਡਿੱਗਦੀ ਹੈ। ਕਿ ਸਰ ਜੀ ਆ ਚੈੱਕ ਕਰੋ ਔਰ ਚੈੱਕ ਕਰਨ ਤੋਂ ਬਾਅਦ ਜਰਾ ਅੱਗੇ ਵੀ ਦੇ ਦੇ। ਮਿੱਠਿਆਂ ਨੂੰ ਵੀ ਦੇ ਦੇ ਸਾਰਿਆਂ ਨੂੰ। ਉਹਨਾਂ ਨੇ ਕਿਹਾ ਕਿ ਹਜੇ ਤੱਕ ਆਈ ਨਹੀਂ ਲੇਕਿਨ ਰੌਲਾ ਪਿਆ। ਫਿਰ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਜਿਹੜੀ ਉਹਦੀ ਵੀਡੀਓ ਹੈ ਜਿਹੜੀ ਆਣੀ ਹੈ ਉਹ ਦੇਖ ਫੋਟੋਆਂ ਜੀਆਂ ਲੈ ਕੇ ਨਾ ਵੀਡੀਓ ਦੀਆਂ ਉਹ ਛਾੜਨੀਆਂ ਸ਼ੁਰੂ ਕਰ ਦਿੱਤੀ ਜ਼ਹਿਰੀ ਗੱਲ ਹੈ ਜਿੰਨਾਂ ਦੇ ਕੋਲ ਉਹ ਵੀਡੀਓ ਹੈ ਜਿਹੜੇ ਮਿਠਿਆ ਦੇ ਕੋਲ ਉਹਨਾਂ ਨੇ ਹੀ ਉਹ ਖਾਕੀਆਂ ਦੀਆਂ ਫੋਟੋਆਂ ਦਿੱਤੀਆਂ ਨੇ ਨਾ ਕਿਧਰੇ ਕਿ ਚਲੋ ਕੋ 2-4 ਦਿਨ ਖਾਕੇ ਖੁਕੇ ਤਮਾਓ ਤਾਕੇ ਲੋਕਾਂ ਨੂੰ ਪਤਾ ਲੱਗ ਜਾਏ ਗੱਲ ਨੇੜੇ ਲੱਗੀ ਹੈ ਜ਼ਹਿਰੀ ਗੱਲ ਹੈ ਖਾਨ ਸਾਹਿਬ ਜਿਹੜੇ ਨੇ ਜੋ ਉਹਨਾਂ ਦੇ ਹਾਲਾਤ ਪਹੁੰਚ ਚੁੱਕੇ ਨੇ ਜਿੱਥੋਂ ਤੱਕ ਗੱਲ ਚਲੀ ਗਈ ਹੈ ਇਹ ਵੀਡੀਓ ਆਣੀਆਂ ਤੇ ਬੰਦੀਆਂ ਨੇ ਤੇ ਅਸੀਂ ਵੀ ਬੜੀ ਦੇਰ ਤੱਕ ਕਹਿ ਰਹੇ ਹਾਂ ਕਿ ਭਾਈ ਜੀ ਹੁਣ ਕੱਢ ਦਿਓ ਕਿੰਨਾ ਕੋ ਤਰਸਾਣਾ ਹੈ ਆਵਾਮ ਨੂੰ ਚਲੋ ਕਿਸੇ ਪਾਸੇ ਲਾइए ਮੁੰਡਿਆਂ ਨੂੰ ਠੀਕ ਕਰਨ ਜੀ ਹੁਣੇ ਖਾਕੇ ਜਿਹੜੇ ਨੇ ਇਹ ਜਾਰੀ ਹੋ ਰਹੇ ਨੇ ਹੁਣ ਇਹ ਇਹ ਦੋ ਵੀਡੀਓ ਦੇ ਖਾਕੇ ਜਾਰੀ ਹੋ ਰਹੇ ਨੇ ਇੱਕ ਜਿਹੜੀ ਵੀਡੀਓ ਹੈ ਉਹ ਕੰਟੇਨਰ ਦੇ ਅੰਦਰ ਜਿਹੜੇ ਖਾਕੇ ਜਾਰੀ ਕੀਤੇ ਜਾ ਰਹੇ ਨੇ ਬਈ ਜਿਹਦੇ ਚ ਇਕੱਠਾ ਸਾਬ ਹੈ ਬਈ ਔਰਤਾਂ ਵੀ ਨੇ ਤੇ ਬੰਦੇ ਵੀ ਨੇ ਕਿਉਂਕਿ ਰੰਗੀਲਾ ਇੱਕ ਬੜਾ ਵੱਡਾ ਬਾਦਸ਼ਾਹ ਆਦਮੀ ਉਹ ਤਿੰਨਾ ਚਾਹੋਂ ਤੋ ਘਾਟ ਹੁਣ ਖੇਡ ਖੇਡਦੇ ਨੇ ਤੁਸੀਂ ਆਪ ਆਪਣੀ ਕੰਨੀ ਸੁਣਿਆ ਨਾ ਬਈ ਉਹ ਆਲਾ ਮਲਕ ਨੂੰ ਕਹਿ ਰਿਹਾ ਸੀ ਵੀ ਆਪਣੀ ਭੈਣ ਨੂੰ ਵੀ ਲੈ ਕੇ ਆਈਂ ਤੇ ਇਕੱਠੇ ਖੇਡਾਂਗੇ ਲੁੱਡੋ ਬਾਲਰ ਕਿਲਾ ਇਕੱਠੇ ਖੇਡਾਂਗੇ ਔਰ ਅੱਗੋਂ ਵੀ ਪਾਣੀ ਪੀਆਗੇ ਤੇ ਪਿੱਛੋਂ ਵੀ ਪਾਣੀ ਪੀਆਦੇ ਤੇ ਗਾਜਰਾ ਵੀ ਖਾਵਾਦੇ ਤੇ ਮੂਲੀਆਂ ਵੀ ਇੱਕ ਦੂਜੇ ਨੂੰ ਖਵਾਵਾਦੇ ਤੇ ਇਹ ਕੱਚਾ ਰੋਟ ਵੀ ਚਲਾਵਾਂਗੇ ਤੇ ਪੱਕਾ ਵੀ ਚਲਾਵਾਂਗੇ ਇਹ ਤੁਸ ਸਾਰਾ ਕੁਝ ਆਪਣੀ ਕਰਨੀ ਸੁਣਿਆ ਉਹ ਇੱਕ ਜਿਹੜੀ ਵੀਡੀਓ ਦੇਖਾ ਕੇ ਨੇ ਉਹ ਜਦੋਂ ਅਸੀਂ ਵੇਨਿਆ ਤੇ ਉਹ ਲੱਗਦਾ ਹੈ ਵੇ ਇੱਕ ਕੰਟੇਨਰ ਦੇ ਵਿੱਚ ਤੇ ਚਾਰ ਲੋਕ ਨੇ ਕੋਈ ਦੋ ਤਰਾ ਮਾਈਆਂ ਨੇ ਤੇ ਦੋ ਤਰਾ ਬੰਦੇ ਨੇ ਰਲ ਮਿਲ ਕੇ ਤੇ ਜਲੇਬੀਆਂ ਕੱਢਦੇ ਨੇ ਪੇ ਤੇ ਦੂਸਰੀ ਜਿਹੜੀ ਵੀਡੀਓ ਹੈ ਜਿਹਦੇ ਖਾਕੇ ਨੇ ਉਹਦੇ ਚ ਕਚਰਾ ਉਟ ਯਾਨੀ ਕਿ ਮੁੰਡਾ ਸੱਜਣ ਬੇਲੀ ਮੁੰਡਾ ਠੀਕ ਹੈ ਨਾ ਜੀ ਇਹ ਹੁਣ ਖਾਕੇ ਜਿਹੜੇ ਨੇ ਇਹ ਮਾਰਕੀਟ ਦੇ ਵਿੱਚ ਛੱਡੇ ਜਾ ਰਹੇ ਨੇ ਔਰ ਆਵਾਮ ਜਿਹੜੀ ਉਹ ਬਿਲਕੁਲ ਤੱਤੀ ਹੋਈ ਔਰ ਸਾਨੂੰ ਮੈਸੇਜ ਕੀਤੀ ਜਾ ਰਹੀ ਹੈ ਕਿ ਚਟਾ ਸਾਹਿਬ ਵੀਡੀਓ ਆ ਗਈ ਹੈ ਆ ਗਈ ਹੈ ਸਾਨੂੰ ਵੀ ਕਰ ਲੋ ਸਾਨੂੰ ਵੀ ਕਰ ਲੋ ਤੇ ਮੈਂ ਇਹ ਕਹਿਣਾ ਚਾਹੁੰਦਾ ਹੈ ਬਈ ਹਜੇ ਤੱਕ ਨਹੀਂ ਆਈ ਖਾਕੇ ਉਹਦੇ ਬਾਕੀ ਛਾਇਆ ਹੋਏ ਨੇ ਟਵਿੱਟਰ ਤੇ ਵੀ ਚੱਲਦੇ ਨੇ ਪੈ YouTube ਉੱਤੇ ਵੀ ਪਤਾ ਨਹੀਂ ਕਿੱਥੇ ਕਿੱਥੇ ਘੁੰਮਦੇ ਨੇ ਪਏ ਖਾਕੇ ਬਿਲਕੁਲ ਠੀਕ ਨੇ ਉਹਦੀਆਂ ਵੀਡੀਓ ਦੇ ਹੀ ਖਾਕੇ ਨੇ ਜੋ ਕਹਨ ਵਾਲੇ ਕਹਿ ਰਹੇ ਨੇ ਤੇ ਅੱਜ ਨਿਕਲੀ ਤੇ ਕੱਲ ਨਿਕਲੀ ਇਹ ਨਿਕਲਣੀ ਜਿਹੜੀ ਹੈ ਨਾ ਇਹ ਜ਼ਰੂਰ ਜਿਵੇਂ ਹੀ ਨਿਕਲੇਗੀ ਤੇ ਹਰ ਪਾਸੇ ਰੌਲਾ ਪੈ ਜਾਏਗਾ ਅਸਾਂ ਕਿਸੇ ਨੂੰ ਕੀ ਦੇਣੀ ਹੈ ਵੀਡੀਓ ਤੇ ਕੀ ਨਹੀਂ ਸਾਨੂੰ ਅਗਰ ਲੱਭੀ ਵੀ ਤੇ ਅਸਾਂ ਉਹ ਕਿਸੇ ਨੂੰ ਨਹੀਂ ਦੇਣੀ ਕਿਉਂਕਿ ਅਸੀਂ ਚਾਹਦੇ ਹਾਂ ਬਈ ਇਹ ਇਹ ਗੈਰ-اخلاਕੀ ਕੰਮ ਜਿਹੜਾ ਇਹ ਜ਼ਿਆਦਾ ਤੋਂ ਜ਼ਿਆਦਾ ਫੈਲਣਾ ਨਹੀਂ ਚਾਹੀਦਾ ਠੀਕ ਹੈ ਨਾ ਜੀ ਤੇ ਇਸ ਵਾਸਤੇ ਤੁਸੀਂ 8 ਦਿਨ ਜ਼ਿਆਦਾ ਤੱਤੇ ਨਾ ਹੋ ਜਾਓ ਜਦੋਂ ਨਿਕਲੇਗੀ ਚੰਨ ਚੜ੍ਹੇਗਾ ਤੇ ਸਾਰੇ ਵੇਖ ਲੈਣਗੇ ਠੀਕ ਹੈ ਨਾ ਜੀ ਸ਼ਿਹਾਬਜ਼ ਗਿਲ ਤੇ ਆ ਜਾਣੇ ਸ਼ਿਹਾਬਜ਼ ਗਿਲ ਜਿਹੜਾ ਉਹਦੇ ਵਾਰੰਟ ਗ੍ਰਿਫਤਾਰੀ ਜਿਹੜੇ ਨੇ ਇਹ ਜਾਰੀ ਹੋ ਚੁੱਕੇ ਨੇ ਫਿਰ ਇਹਦੀ ਜਾਣ ਨਹੀਂ ਛੋਡੀ ਮੈਂ ਕਈ ਦਫਾ ਤੁਹਾਨੂੰ ਕਹਿ ਚੁੱਕਿਆ ਕਿ ਇਨ ਪਾਕ ਫੌਜ ਦੇ ਅੰਦਰ ਇਮਰਾਨ ਖਾਨ ਦੇ ਕਹਿਣ ਤੇ ਔਰ ਪੀਰਨੀ ਦੇ ਕਹਿਣ ਤੇ ਪਾਕ ਫੌਜ ਦੇ ਅਫਸਰਾਂ ਔਰ ਪਾਕ ਫੌਜ ਦੀ ਜਿਹੜੀ ਲੀਡਰਸ਼ਿਪ ਤੇ ਉਦੇ ਦਰਮਿਆਨ ਇੱਕ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਆਪਸ ਦੇ ਵਿੱਚ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਾਕ ਫੌਜ ਦੇ ਜਵਾਨਾਂ ਨੂੰ ਔਰ ਪਾਕ ਫੌਜ ਦੀ ਲੀਡਰਸ਼ਿਪ ਨੂੰ ਏ ਆਰਵਾਈ ਇਹਦੇ ਵਿੱਚ ਮਲਬਸ ਹੈ ਅਰਸ਼ਦ ਸ਼ਰੀਫ ਇਹਦੇ ਵਿੱਚ ਮਲਬਸ ਸੀ ਉਸ ਤੋਂ ਬਾਅਦ ਸਾਬਰ ਸ਼ਾਕਰ ਇਹਦੇ ਵਿੱਚ ਮਲਬਸ ਸੀ ਏ ਏ ਜਿਹੜਾ ਏ ਏ ਸ਼ਬਾਜ਼ ਗਿਲ ਪੀਰਨੀ ਔਰ ਨਿਆਜ਼ੀ ਇਹ 6-7 ਲੋਕ ਜਿਹੜੇ ਨੇ ਇਹਦੇ ਵਿੱਚ ਇਹ ਮਲਬਸ ਹਨ ਕਿ ਪਾਕ ਫੌਜ ਦੇ ਵਿੱਚ ਬਗਾਵਤ ਜਿਹੜੀ ਉਹ ਪੈਦਾ ਕੀਤੀ ਜਾਏ ਏ ਆਰਵਾਈ ਦੇ ਥਰੂ ਔਰ ਇਸ ਬੰਦੇ ਨੇ 15 ਮਿੰਟ ਦੀ ਉਹ ਤਕਰੀਰ ਝਾੜੀ ਔਰ ਅਫਸਰਾਂ ਨੂੰ ਕਿਹਾ ਕਿ ਛੱਡ ਦਿਓ ਆਪਣੀ ਲੀਡਰਸ਼ਿਪ ਦੇ ਹੁਕਮਨ ਨੇ ਛੱਡ ਦਿਓ ਪਾਕ ਫੌਜ ਨੂੰ ਕਹਿ ਰਿਹਾ ਅੰਦਾਜ਼ਾ ਲਾਓ ਤੁਸੀਂ ਤੇ ਮੈਂ ਉਦੋਂ ਦਾ ਕਹਿ ਰਿਆਂ ਕਿ ਇਹਦਾ ਬੱਚੇ ਇਹ ਨਹੀਂ ਬਚ ਸਕਦਾ 50 ਸਾਲ ਤੋਂ ਕੱਟ ਕੈਦ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਦੀ ਛੁੱਟ ਜਾ ਕਰੇਗਾ ਵਿੱਚ ਕਦੀ ਛੱਡ ਦੇਣਗੇ ਕਦੀ ਫੜਿਆ ਜਾਏਗਾ ਗੱਲ ਉੱਥੇ ਮੁਕਣੀ ਆਜ਼ਮ ਸਵਾਤੀ ਔਰ ਸ਼ਿਵਾਜ਼ ਗਿਲ ਔਰ ਇਮਰਾਨ ਖਾਨ ਔਰ ਪੀਰਨੀ ਇਹਨਾਂ ਚਮਾਂ ਨੂੰ 5-5 ਸਾਲ ਤੋਂ ਘਟ ਸਜ਼ਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹਨਾਂ ਪਾਕ ਫੌਜ ਦੇ ਅੰਦਰ ਬਗਾਵਤ ਜਿਹੜੀ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਰੰਗੀਲਾ ਦੇ ਹਜੇ ਨਹੀਂ ਨਾ ਫੜਿਆ ਜਾ ਰਿਹਾ ਔਰ ਪੀਰਨੀ ਵੀ ਹਜੇ ਨਹੀਂ ਫੜੀ ਜਾ ਰਹੀ ਲੇਕਿਨ ਜੁਰਮ ਇੱਕ ਕੀਤਾ ਜਿਹੜਾ ਇਹਨਾਂ ਚਮਾਂ ਕੀਤਾ ਅਰਸ਼ਦ ਸ਼ਰੀਫ ਤੇ ਇਸ ਦੁਨੀਆ ਤੋਂ ਚਲਾ ਗਿਆ ਏਅਰ ਬਾਯ ਦਾ مالک ਜਿਹੜਾ ਉਹ ਅਮਰੀਕਾ ਫਰਾਰ ਹੋ ਗਿਆ ਠੀਕ ਹੈ ਨਾ ਜੀ ਇਹ ਦੋ ਚੌ ਨੇ ਮਾਫੀਆਂ ਮੰਗ ਲਈਆਂ ਇੱਥੇ ਜਿਹੜੇ ਸਾਂ ਠੀਕ ਹੈ ਇਹ ਜਿਹੜੇ ਚਾਰ ਜੀ ਨੇ ਪੀਰਨੀ ਨਿਆਜ਼ੀ ਇਹ ਸ਼ਬਾਜ਼ ਗਿਲ ਆਜ਼ਮ ਸਵਾਤੀ ਇਹ 25 ਸਾਲ ਤੋਂ ਥੱਲੇ ਗੱਲ ਮੁਕਣੀ ਨਹੀਂ ਕਿਸੇ सूरत ਇਹ ਮੋਕੀ ਨਹੀਂ ਸਕਦੀ ਨਾ ਬਗਾਵਤ ਸਾਡੀ ਫੌਜ ਦੇ ਵਿੱਚ ਬਗਾਵਤ ਪੁਆਣ ਦੀ ਕੋਸ਼ਿਸ਼ ਕੀਤੀ ਔਰ ਕੈਰੀ ਅਫਸਰਾਂ ਨੂੰ ਕਿ ਲੀਡਰਸ਼ਿਪ ਤੇ ਹੁਕਮੰਦ ਨਾ ਛੱਡਦੇ ਬੜਾ عجیب ਬੇਤਮਾਸ਼ੀ ਨਹੀਂ ਲੱਗਾ ਇੱਥੇ ਠੀਕ ਹੈ ਨਾ ਜੀ ਤੇ ਇਹ ਜਿਹੜਾ ਨਾ ਇਹਦੀ ਗ੍ਰਿਫਤਾਰੀ ਇਹ ਹੈ ਗੈਬ ਅੱਲਾ ਖੈਰ ਕਰੇ ਖੈਰ ਖੀ ਇਤਨਾਲ ਹੋਵੇ ਜਿੱਥੇ ਹੈ ਹੈ ਗੈਬ ਪਿਛਲੇ 8 10 15 ਦਿਨ ਤੋਂ ਨਜ਼ਰ ਨਹੀਂ ਕਿਧਰੇ ਆਇਆ ਅੱਲਾ ਕਰੇ ਇਹ ਸੇਹ ਤੰਦਰੁਸਤੀ ਚ ਹੋਵੇ ਔਰ ਸੇਹ ਤੰਦਰੁਸਤੀ ਦੇ ਵਿੱਚ ਹੀ ਇਹ ਗ੍ਰਿਫਤਾਰ ਹੋਏ ਔਰ ਆਪਣੀ ਜਿਹੜੀ ਸਜ਼ਾ ਹਿਸੇ ਨਾਲ ਬਣਦੀ ਏ ਉਹ ਉਹ ਇਹਨੂੰ ਮਿਲੇ ਅਸੀਂ ਕਦੀ ਵੀ ਉਹਦੀ ਇਹ ਜਿਹੜੀ ਸੇਹਤ ਔਰ ਉਹਦੀ ਗੁੰਮਸ਼ੁਦਗੀ ਦੇ ਆਲੇ ਅਸੀਂ ਬਿਲਕੁਲ ਵੀ ਇਸ ਚੀਜ਼ ਦੇ ਅਸੀਂ ਹਾਮੀ ਨਹੀਂ ਅਸੀਂ ਇਹਨੇ ਕਾਨੂੰਨ ਦਾ ਸਾਹਮਣਾ ਕਰੇ ਔਰ ਕਾਨੂੰਨ ਦੇ ਵਿੱਚ ਜੋ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ ਪੀਰਨੀ ਨਿਆਜ਼ੀ ਆਜ਼ਮ ਸੁਵਾਤੀ ਔਰ ਸ਼ਬਾਜ਼ ਗੇਰ ਇਹਨਾਂ ਚਵਾਂ ਨੂੰ ਇੱਕੋ ਹੀ ਸਜ਼ਾ ਮਿਲਣੀ ਅੱਜ ਮਿਲੇ ਜਾਂ ਕੱਲ ਮਿਲੇ ਇਹ ਸਾਡਾ ਦਾਵਾ ਵੀ ਹੈ ਔਰ ਤੁਹਾਡੇ ਨਾਲ ਵਾਦਾ ਵੀ ਹੈ ਤੇ ਇੱਕ ਹੋਰ ਗੱਲ ਇਹਦੇ ਛੋਟੀ ਜਿਹੀ ਖਬਰ ਹੈ ਕਿ ਨਿਆਜ਼ੀ ਨੇ ਆਪਣੇ ਘਰ ਜ਼ਮਾਨ ਪਾਰਗ ਜਾਸੂਸ ਰੱਖ ਲਏ ਜੇ ਦੁਨੀਆ ਆ ਆਡੀਓ ਨਹੀਂ ਲਈ ਕੋਈਆਂ ਉਹਨੇ ਆਪਣੇ ਕਾਰੇ ਜਸੂਸ ਰੱਖ ਲੈਨੇ ਕੋਈ ਕਹਿ ਰਹੇ ਨੇ ਕੋਈ 6-7 ਬੰਦੇ ਨੇ ਜਿਹੜੇ ਕੋਈ ਇਸ ਤਰ੍ਹਾਂ ਦਾ ਜਿਨ੍ਹਾਂ ਨੇ ਕੋਰਸ-ਕੋਰਸ ਕੀਤੇ ਹੁੰਦੇ ਨੇ ਆ ਜਸੂਸੀ ਟਾਈਪ ਉਹ ਰੱਖ ਲੈਨੇ ਕਿ ਜਿਹੜੀ ਹਰ ਚੀਜ਼ ਦੇ ਉੱਤੇ ਉਹ ਨਜ਼ਰ ਰੱਖਣ ਦੇ ਹਰ ਕੋਨੇ ਤੇ ਹਰ ਸ਼ੈਲਫ ਉੱਤੇ ਹਰ ਗੇਟ ਤੇ ਹਰ ਗੱਡੀ ਤੇ ਹਰ ਮੋਟਰਸਾਈਕਲ ਤੇ ਹਰ ਆਨ ਵਾਲੇ ਜਾਨ ਵਾਲੇ ਕਿਧਰੇ ਕੈਮਰੇ ਤੇ ਨਹੀਂ ਕਿਧਰੇ ਕੋਈ ਡਿਵਾਈਸ ਤੇ ਨਹੀਂ ਪਈ ਕਿਧਰੇ ਕੋਈ ਕੁਸ਼ ਇਹ 6-7 ਜਸੂਸ ਉਹ ਸਕਰਾਏ ਤੇ ਜਿਹੜਾ ਨੇ ਉਹ ਰੱਖ ਲੈਨੇ ਇਹ ਆਡੀਓ ਲੀਕਾਂ ਹੋਣ ਤੋਂ ਬਾਅਦ ਤੇ ਉਹਨੂੰ ਇਹ ਨਹੀਂ ਪਤਾ ਬਈ ਆਡੀਓ ਤੇ ਉਹਨੇ ਲੀਕ ਕੀਤੀ ਜਿਹਨੇ ਰਿਕਾਰਡ ਕੀਤੀ ਤੇ ਰਿਕਾਰਡ ਕਿੰਨੇ ਕੀਤੀ ਆਇਲਾ ਮਲਕ ਨੇ ਮੋਬਾਈਲ ਦੇ ਉੱਤੇ ਰਿਕਾਰਡਰ ਲਾ ਕੇ ਉਧਰ ਨਹੀਂ ਜਾਣਾ ਕਿਉਂਕਿ ਉੱਥੇ ਮਜ਼ੇ ਲੈਣੇ ਨਾ ਤੇ ਜਸੂਸ ਰੱਖ ਲੈਣ ਠੀਕ ਹੈ ਨਾ ਜੀ ਤੇ ਇਹ ਜੀ ਰੰਗਿਲੇ ਦੀਆਂ ਵੀਡੀਓ ਜਿਹੜੀ ਇਹਦੇ ਖਾਕੇ ਜਾ ਰਹੀ ਹੋ ਚੁੱਕੇ ਨੇ ਬਿਲਕੁਲ ਤੁਸੀਂ ਠੰਡੇ ਰੱਖੋ ਠੰਡ ਰੱਖੋ ਮਿਲ ਜਾਣਗੀਆਂ ਤੇ ਨਵੇਂ ਸਾਲ ਤੱਕ ਮੇਰਾ ਆਪਣਾ ਯਕੀਨ ਹੈ ਕਿ ਇਹ ਨਿਕਲ ਆਣਗੀਆਂ ਤੇ ਲੱਭਣੀ ਆਪ ਖੁਦ ਜੀ ਅਸਾਂ ਕਿਸੇ ਨੂੰ ਇਹ ਸੈਂਡ ਕਰਨੀ ਆ ਬਹੁਤ ਸ਼ੁਕਰੀਆ